ਆਵਾਜ਼ ਤਾਂ ਬੋਲੋ ਤੁਹਾਡੇ ਦਿਲ ਤੇ ਪਹਿਲੀ ਬੋਝ ਏ America, yes. You can speak English? Yeah. I can also speak English. Really? Yeah, yeah. Can you speak? Yeah, yeah. Speaker? Yeah. Okay. Hello. Hi. He have no father. His mother is corrupt. And he is illegal child. And he is brother of Sunny Leone. Apna to mainu pata nahi. And he is Khoti ka bacha. What Khoti bacha? I think Khoti, you know Khoti. No. Khoti apna four legs, one face, and anne wa harawa. Acha ji, I think you are so tired. Yes, main bahut thak gayi hu. Thak gayi hai na? Yeah. पता? Because you are too much loaded. you don't know about yourself weight. Oh, yeah. Yeah, yeah, yeah. Yeah, yeah. तेरी भैन कह रही है भाई लिया जा लिया कुछ चीज़ों. कितना आए हो जी? Coming from America. America. ਲਾਨਤ ਭੇਜਣਾ ਮੈਂ ਇਸ ਅਮਰੀਕਾ ਨੂੰ ਲੱਤੇ ਜਿਹੜੇ ਮੁਸਲਮਾਨਾਂ ਦੇ ਖਿਲਾਫ ਸਾਜ਼ਿਸ਼ ਕਰਦੇ ਨੇ ਮੁਸਲਮਾਨਾਂ ਨੂੰ ਕਮਜ਼ੋਰ ਬਣਾ ਕੇ ਆਪ ਸੁਪਰ ਪਾਵਰ ਬਣਨਾ ਚਾਹੁੰਦੇ ਨੇ ਤੁਹਾਨੂੰ ਇਹ ਨਹੀਂ ਪਤਾ ਕਿ ਸੁਪਰ ਪਾਵਰ ਇੱਕ ਦਿਨ ਮੁਸਲਮਾਨ ਹੀ ਹੈ ਔਰ ਜਿਸ ਦਿਨ ਮੁਸਲਮਾਨ ਆਪਣੀ ਆਈ ਦੀ ਆ ਗਿਆ ਤਾਂ ਅਮਰੀਕਾ ਦਾ ਨਕਸ਼ਾ ਵੀ ਮਿਟ ਜਾਏਗਾ ਦੁਨੀਆ ਤੋਂ ਸਾਬੇ ਮੈਨੂੰ ਤੇਰੇ ਜਜ਼ਬਾਤ ਬਹੁਤ ਪਸੰਦ ਆਏ ਨੇ ਮੰਗ ਕੀ ਮੰਗਣਾ ਇੱਕ ਅਮਰੀਕਾ ਦਾ ਵੀਜ਼ਾ ਲਵਾ ਦੇਵੇ ਨਾ ਸਾਲਿਆ ਮੈਂ ਟਰੰਪ ਦਾ ਮੁੰਡਾ ਹਾਂ Okay, you can take rest. Yeah. I will bring you juice. Okay. You like juice? Yeah, yeah. Oh, whose juice? Banana. Banana. मैंने पहले ही पता थी. अमेरिका जाने वाले उन banana का juice पसंद होता है. Banana. अपनी यहाँ banana लाओ या juice बनाइए. Shake your mouth. Banana का juice के में पियोगे जी तुसी? वो तो बड़ी मुश्किल. Oh. यारे बत्ती क्यों नहीं आ रही अंदर नेहरा है. खाली कपड़े कुपड़े ही नहीं आई पुलिस तो नहीं लाया मेरा बंदा भी आया है तेरा बंदा नाल है सांची जी जी दिस इज माई अंकल हाउस ओ यस अंकिल नहीं अंकिल मेरे चाचे का घर है शादी की जनाब रुपया लगे 8 लाख यार ले बच्चे इस तरह किसी बगैर तो नहीं करी थी हाँ दसो 8 ही लै लो जो पिंड इतने आंदा किराया हो गया सर जी मैं आया पूरे पिंड ने कहा भी चौबीस सौ के सुहाग रात पिंड च मना के जा मैं कमरा
ਮੈਂ ਤੇਰੇ ਨਾਲ ਨਹੀਂ ਮਨਾਉਣੀ। ਘਰ ਦੇ ਵਿੱਚ ਮਈਅਤ ਪਈ ਏ ਤੇ ਨਾਲ ਹੀ ਸਾਨੂੰ ਪਾ ਦਿਓ ਦੋਵਾਂ। ਮਈਅਤ ਨੇ ਕਿਹੜਾ ਸਵੇਰੇ ਉੱਠ ਕੇ ਰੌਲਾ ਪਾਉਣਾ ਕਿ ਉਹ ਕਰ ਰਿਹਾ ਕਿ ਸਾਰੀ ਅੰਦਰ ਇੰਨੇ ਬੰਦੇ ਘੁੰਡ ਕੱਢ ਦੀਦੀ ਇਹ ਕੋਈ ਚੀਜ਼ ਨਾ ਸੁੱਟ ਬੈਠੀ। ਮੈਂ ਜੋ ਨਿਕਾਹ ਨਾਮੇ ਤੇ ਲਿਖਿਆ ਮੈਂ ਪੂਰਾ ਲੈਣਾ 8 ਲੱਖ ਰੁਪਈਆ ਲੱਗਾ। ਆਪਣੇ ਘਰ ਲੈ ਜਾ ਮੈਨੂੰ ਬਿਊਟੀ ਪਾਰਲਰ ਚੜੀ ਘੜੇ ਕੁਰਸੀ ਬੇਸ ਤੇ ਬੈਠੀ ਰਹਿੰਦੀ ਕਰਨੀ ਸੀ ਤੁਸੀਂ ਬਾਹਰ ਕੱਢਣ ਲੱਗ ਪਏ ਸਰ। ਤਮੀਜ਼ ਨਾ ਪੁੱਛ ਲਿਆ ਤੂੰ। ਸਾਡਾ ਤੇ ਖਾਨਦਾਨੀ ਕਾਰੋਬਾਰ ਹੈ ਅੰਬਾਂ ਦਾ। ਅੱਛਾ ਜੀ, ਇਹ ਵੀ ਅੰਬ ਦਾ ਹੀ ਕਾਰੋਬਾਰ ਕਰਦੇ ਨੇ। ਅੱਛਾ ਜੀ, ਇਹਨਾਂ ਦੀ ਦਾਦੀ ਮਰ ਗਈ, ਲੋਕਾਂ ਨੇ ਆਲੇ ਦੁਆਲੇ ਬਰਫ਼ ਲਾਈ, ਅੱਛਾ ਇਹਨੇ ਵਿੱਚ ਅੰਬ ਲਾ ਲਏ। ਉਸੇ ਅੰਬ ਦੀ ਗਿਦਕ ਤੁਹਾਨੂੰ ਗੱਲ ਸੁਣਾ ਰਹੀ। ਸ਼ਹਿਰ ਦੇ ਮੁੰਡੇ ਕੋਲ ਬਚ ਕੇ ਰਹਿਣਾ, ਮੈਂ ਤੈਨੂੰ ਦੱਸ ਦਿਆ ਤੈਨੂੰ। ਬਹਿ ਜਾ ਬਹਿ ਜਾ, ਘੁੰਡ ਕਢਾ ਉਹਦਾ, ਕੱਢ ਲੈਗੀ ਤੇਰੀ ਭੈਣ ਲੱਗਦੀ ਆ, ਆਪੇ ਕੱਢ ਲੇਗੀ। ਅੱਛਾ ਗੱਲ ਸੁਣ ਜੀ, ਤੂੰ ਘੁੰਡ ਕੱਢ ਲੇਕਿਨ ਤੂੰ ਮੂੰਹ ਨਾ ਢੱਕ। ਹਾਂ ਇਹ ਹੱਥਾਂ ਦਾ ਘੁੰਡ ਕੱਢੇ ਫਿਰ ਭਾਈ ਜੀ, ਘੁੰਡ ਕੱਢ ਕੇ ਵੀ ਤੇ ਘੁੰਡ ਹੀ ਨਹੀਂ ਹੈਗੀ ਨਾ। ਚੱਲ ਬਹਿ ਜਾ, ਚੱਲ ਬਹਿ ਜਾ। ਕਾਸ਼ ਮੈਂ ਮੂੜਾ ਹੁੰਦਾ ਤੇ ਮੈਂ ਤੈਨੂੰ ਪਿਸ਼ੌਰ ਕਿਸੇ ਨਾਈ ਦੀ ਦੁਕਾਨ ਤੇ ਰੱਖਿਆ ਹੁੰਦਾ। ਬਾਬਾ ਤਗੜਾ ਤੇਰੇ ਤੇ ਪਠਾਨ ਬੈਠਾ ਹੁੰਦਾ, ਨਾਲੇ ਨਸਵਾਰ ਸੁੱਟ ਕੇ ਹੱਥ ਵੀ ਸਾਫ਼ ਕਰਨਾ। ਭਾਈ ਜੀ ਤੁਸੀਂ ਐਨਕ ਲਾ ਦਿਓ, ਮੈਨੂੰ ਲੱਗਦਾ ਹੈ ਕੋਈ ਬੰਦਾ ਵਜ਼ੂ ਕਰਨ ਗਿਆ ਤੇ ਇੱਟ ਤੇ ਐਨਕ ਰੱਖ ਕੇ ਗਿਆ। ਕਿੱਥੇ ਜਾਓ ਜੀ, ਜਾਨੂ ਨਸਵਾ ਕਰ ਲਓ। ਹੁਣ ਦਾ ਵੱਡਾ ਕੱਟ ਛਿੱਤੀ ਕਰੀ, ਛਿੱਤੀ ਛਿੱਤੀ ਸਾਰੀ ਜ਼ਿੰਦਗੀ ਸ਼ਰਮਿੰਦਗੀ ਹੁੰਦੀ। ਮੈਂ ਸਹੇਲੀਆਂ ਗੱਲਾਂ ਕਰਦੀਆਂ, ਜਲਦੀ ਜਲਦੀ 10 ਮਿੰਟ ਹੈ ਨਾ ਜੀ, ਆ ਤੂੰ ਆ ਜਾ ਜਰਾ, ਪਹਿਲੇ ਆ ਜਾ ਜਰਾ ਇੱਧਰ ਆ ਮਾਰ, ਸਾਹਮਣੇ ਸੋਫੇ ਲੱਗੇ ਆ। ਜਾਨੂ ਜੀ ਜੀ, ਜਾਨੂ ਕੀ ਹੈ? ਨਹੀਂ ਕਿਉਂ, ਪਹਿਲੇ ਮੂੰਹ ਵਿਖਾਈ ਦਿਓ। ਉਹ ਤੇ ਮੂੰਹ ਵਿਖਾਈ ਲੈ ਲਓ, ਕਿੰਨੇ ਪੈਸੇ? 2 ਕਰੋੜ। ਤੂੰ ਮੂੰਹ ਰਹਿਣ ਦੇ, ਰਾਹੋ 8 ਲੱਖ ਲਾ ਕੇ ਮੈਨੂੰ ਮੂੰਹ ਨੀ ਵੇਖਣ ਦੇਣ ਦੇ, ਉੱਤੋਂ 2 ਕਰੋੜ ਹੋਰ ਐਡ ਕਰ ਲਓ।
ਤੂੰ ਰਹਿਣ ਦੇ, ਘੱਟ ਕਰੋ 500 ਘੱਟ ਕਰ। ਨਹੀਂ ਕੀ ਹੋਇਆ ਹੁਣ, ਕੀ ਹੋਇਆ? ਹੱਕ ਮੈਂ ਦਿਓ। ਓਏ ਹੱਕ ਮੈਂ ਤੇ ਉਦੋਂ ਦਿਆਂਗਾ ਨਾ ਜਦੋਂ ਹੱਕ ਕਿਤੇ ਪਿਆ ਹੋਏਗਾ, ਮਹਿਰ ਉੱਠ ਕੇ ਨਾਲ ਧੋਣ ਦਿਆ ਹੋਏਗਾ। ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਜਾਨੂ, ਮੈਂ ਜ਼ਮੀਨ ਲਵਾਂਗਾ। ਨਹੀਂ ਹੁਣ ਕੀ ਹੋਇਆ, ਮੈਨੂੰ ਸਲਾਮੀ ਲੈ ਕੇ ਦਿਓ। ਨਹੀਂ ਦਿਆ ਬੱਚਿਆ, ਸਲਾਮੀ ਦੇ ਭਾਬੀ ਨੂੰ। ਭਾਬੀ ਕਿੰਨੀ ਸਲਾਮੀ ਲੈਣੀ? 50,000। ਮੈਂ ਕੱਲਾ ਵਾਂ। ਉਹ ਤੇ ਸਾਨੂੰ ਵੀ ਪਤਾ, ਕੱਲਾ ਹੀ ਹੈ ਤੂੰ। ਮੁਨਾਸਬ ਕਰੋ ਨਾ, ਮੈਂ ਰੋਜ਼ ਦਾ ਆਉਣ ਵਾਲਾ। ਤੁਹਾਡੇ ਕੰਜਰ ਕੀ ਕਮਾਉਣੀਆਂ ਗੱਲਾਂ ਕਰੀ ਜਾਣ ਰਿਹਾ ਹੈ। ਆਪਣਾ ਅਰਬੀ ਦੀ ਪੂਛ, ਤੁਸੀਂ ਸਲਾਮੀ ਦਿਓ ਭਾਬੀ ਨੂੰ। ਮੈਂ ਸਲਾਮੀ ਦੇ? ਜੀ ਸਰ। ਓਕੇ। ਭਾਜੀ ਮੈਂ ਕਿਸੇ DSP ਨਾਲ ਵਿਆਹ ਕੀਤਾ ਏਡਾ ਕਿਤੇ, ਜਾਂ ਤੁਹਾਨੂੰ SHO ਲੱਗਦਾ? SHO ਦਾ ਮਤਲਬ ਪਤਾ ਹੀ ਕੀ ਹੈ ਜੀ? 100 ਰੁਪਇਆ ਹੈ ਜੀ। ਓਏ ਸ਼ਗਨ ਕਰ ਜਾਨੂੰ, ਜੋ ਵੀ ਹੈ ਉਹ ਸਿੱਧੀ ਹੋ। ਹਾਲੀ ਸਿਰਫ ਘੁੰਡ ਚੁੱਕਣਾ ਹੈ, ਘੁੰਡ ਚੁੱਕਣ ਦੀ ਰਸਮ ਹੈ ਹਾਲੀ। ਚੰਦ ਦਾ ਟੋਟਾ ਹੀ ਹੈ ਭਾਜੀ, ਹੁਣ ਤੇ ਸਟਾਰਟ ਹੋਣ ਲੱਗੇ ਸੀ। ਉਹ ਪਹਿਲੀ ਰਾਤ ਹੀ ਪਿਆਰ ਦਾ ਇਜ਼ਹਾਰ ਕਰੀਦਾ ਤਾਂ ਕਿ ਤੇਰੀ ਗੁਲਾਮ ਬਣ ਕੇ ਰਵੇ। ਅੱਛਾ ਜੀ, ਸਾਨੂੰ ਪਿੰਡਾਂ ਹੀ ਨਹੀਂ ਹੋਈ ਤੇ ਸਮਾਂ ਬਾਅਦ ਫੜਿਆ ਦਾ ਚੱਲ ਵੀ ਆਓ ਕੇ ਆਈ। ਮਤਲਬ ਹੈ ਕਿ ਸਾਨੂੰ ਤੇ ਵੀ ਪਤਾ ਭਾਜੀ ਪਿਆਰ ਕੀ ਹੁੰਦਾ। ਵਾਦੇ ਕੌਲ ਹੀ ਸਵੇਰੇ ਵੱਢ ਕੇ ਪਹੁੰਚਣਾ ਹੁੰਦਾ ਨਾ। ਉਹ ਪਹਿਲੀ ਰਾਤ ਹੀ ਵਾਦੇ ਕੌਲ ਕਰਾਰ, ਉੱਠ ਕੱਕ ਕੱਕ ਉੱਠ ਉੱਠੋ ਜੀ। ਪਹਿਲੀ ਰਾਤ ਹੀ ਕਰ ਉਹਨਾਂ ਵਾਦੇ। ਅੱਛਾ ਜੀ, ਫੜ ਉਹਦੇ ਹੱਥ। ਹਾਂਜੀ, ਕਿ ਜਾਨੂ ਤੇਰਾ ਮੇਰਾ ਵਿਆਹ ਹੋ ਗਿਆ। ਜਾਨੂ ਤੇਰਾ ਮੇਰਾ ਵਿਆਹ ਹੋ ਗਿਆ। ਅੱਜ ਸਾਡੀ ਸੁਹਾਗ ਰਾਤ ਹੈ। ਅੱਜ ਸਾਡੀ ਸੁਹਾਗ ਰਾਤ ਹੈ। ਮੇਰੀ ਇੱਕ ਸ਼ਰਤ ਹੈ। ਮੇਰੀ ਇੱਕ ਸ਼ਰਤ ਹੈ। ਬੰਦੇ ਅਸੀਂ ਤਿੰਨ ਆ ਬੰਦੇ। ਇੱਕ ਦੋ ਤਿੰਨ। ਅੱਛਾ ਮੈਂ ਹੈ ਵਿੱਚ ਤੇ ਮੈਂ ਸਮਝੋ ਮੇਰੇ ਤੋਂ ਬਗੈਰ ਤਿੰਨ ਨੇ। ਤੂੰ ਨਾਸ਼ਤਾ ਲਿਆਉਣਾ ਤੂੰ ਕਿਉਂ ਨਹੀਂ ਹੈ? ਇੰਜ ਨਹੀਂ ਹੁੰਦਾ। ਅੱਛਾ ਜੀ, ਸਾਡੇ ਸ਼ਹਿਰਾਂ ਦੀਆਂ ਗੱਲਾਂ ਤੈਨੂੰ ਦੱਸਾਂ ਪਿੰਡ 'ਚ ਕੀ ਹੁੰਦਾ। ਅੱਛਾ, ਹੱਥਾ ਜਾਤ ਪਾ ਪਾਲੇ ਉਨਕੇ ਸ਼ਗੁਫਤਾ। ਸ਼ਗੁਫਤਾ ਯਾਦ ਕਰੋ ਵੋ ਜੁਮੇਰਾਤ ਕੀ ਰਾਤ। ਯਾਦ ਕਰੋ ਵੋ ਜੁਮੇਰਾਤ ਕੀ ਰਾਤ। ਉਸ ਰਾਤ ਜੋ ਮੈਨੇ ਤੁਮਹਾਰੇ ਹੱਥ ਮੇ ਦੀਆ ਥਾ। ਉਸ ਰਾਤ ਜੋ ਮੈਨੇ ਆਪਕੇ ਹੱਥ ਮੇ ਦੀਆ ਥਾ। ਵੋ ਮੇਰੇ ਪਿਛਲੇ ਨੇ ਮੁਝੇ ਦੀਆ ਥਾ। ਤੂੰ ਵੀ ਬ੍ਰੇਕਾਂ ਕੱਸ ਕੇ ਰੱਖ, ਸਮਝਿਆ ਕਰੇ ਫ੍ਰੀ ਵਾਲੇ ਨੇ। ਜਾਨੂ ਮੈਂ ਤੇ ਤੇਰੀ ਬਣ ਗਈ ਆ, ਤੂੰ ਮੇਰਾ ਕਿਉਂ ਨੀ ਬਣਦਾ? ਕਿਉਂ ਨੀ ਬਣਦਾ ਜਾਨੂ? ਮੈਂ ਆਪਣੇ ਪਿਓ ਦਾ ਨਹੀਂ ਬਣਦਾ ਤੇਰਾ? ਮੈਂ ਨਹੀਂ ਖੇਡਦਾ ਭਾਈ ਜੀ, ਤੁਸੀਂ ਇਸ ਕਾਬਲ ਹੀ ਨਹੀਂ ਹੈਗੇ। ਤਾਂ ਲੋਕਾਂ ਨੂੰ ਜ਼ਰਾ ਅਕਲ ਮੌਤ ਨਹੀਂ ਹੈਗੀ। ਹਾਂਜੀ, ਇਹ ਕੀ ਹੈ? ਹੈਲੋ, ਉਹ ਭਾਈ ਕਿੱਧਰ? ਭਾਈ ਜੀ ਤੁਹਾਨੂੰ ਇੱਕ ਵਾਰੀ ਕਿਹਾ ਨਹੀਂ, 43,000 ਚਵਾਰਾ ਖਾਂਦਾ। ਮੈਂ ਸਾਦਕਾਬਾਦ ਤੋਂ ਲੈ ਕੇ ਆਇਆ। ਤੂੰ ਨਹੀਂ ਇਹ ਲਾਂਗੀ ਇਹ ਰੇਟ ਨਹੀਂ? ਮੈਂ ਕਸਾਈ ਅੱਗੇ ਮੈਂ ਅਰਬੀ ਲੈ ਲੈ। ਬੱਚੇ ਚੁੱਕ ਵੀ ਲੈਂਦੇ ਨੇ, ਖਿਡਾਉਂਦੇ ਵੀ ਨੇ। ਨਿੱਕੇ ਜੇ ਮੇਮੇ ਦੇ ਨਿੱਕੀ ਜੀ ਪੂਛ ਹੁੰਦੀ ਹੈ, ਉਸ ਪੂਛ ਵਰਗਾ ਤੁਹਾਡਾ ਮੂੰਹ ਨਹੀਂ। ਫੇਰ ਕਿਹਦੇ ਵਰਗਾ? ਉਹ ਜਿਹੜੀ ਨਾਲ ਇੱਕ ਮੇਂਗਣ ਨੀ ਲਮਕ ਰਹੀ ਹੁੰਦੀ ਹੈ।
ਕਿੱਥੇ ਗੋ ਤੇਰਾ ਕਾਨੂੰਨ ਬਦਤਮੀਜ਼ੀ ਕਰਦਾ ਕਿੱਥੇ ਗੋ ਉਹਨੂੰ ਬਾਹਰ ਜਾ ਕੇ ਸੌਂ ਸੌਰੀ ਕਰੋ ਸੂਰੀ ਭਾਈ ਜੀ ਤੁਸੀਂ ਕਦੀ ਜੀਟੀ ਰੋਡ ਤੇ ਗਏ ਹੋਵੋ ਮੰਜੀ ਹੋਟਲ ਤੇ ਮੈਂ ਮੀਆਂ ਚੰਨੂ ਦਾ ਰਹਿਣ ਵਾਲਾ ਰੋਜ਼ ਜਾਣਾ ਤੁਸੀਂ ਉਹਨੂੰ ਕਿਹਾ ਹੋਵੇਗਾ ਭਾਈ ਜੀ ਹਾਫ ਸੈਟ ਚਾਹ ਲੈ ਕੇ ਆਓ ਹਾਂਜੀ ਹਾਂਜੀ ਉਹ ਦੋ ਨਿੱਕੇ ਨਿੱਕੇ ਕੱਪ ਤੇ ਨਿੱਕੀ ਜੀ ਚੈਨਕ ਉਹ ਡੇਢ ਕੱਪੀ ਉਹ ਜਿੱਥੋਂ ਚੈਨਕ ਫੜੀ ਦੀ ਹੈ ਨਾ ਹਾਂ ਤੇ ਅੱਗੋਂ ਜਿੱਥੋਂ ਚਾਹ ਨਿਕਲਦੀ ਹੈ ਡੂੰਡੀ ਡੂੰਡੀ ਜਿੱਥੋਂ ਡੂੰਡੀ ਤੋਂ ਐ ਚੁੱਕ ਕੇ ਤੇ ਐਂ ਪਾਏ ਉਹ ਜਿੱਥੋਂ ਚਾਹ ਨਿਕਲਦੀ ਹੈ ਨਾ ਉਹ ਮੇਰੇ ਕਾ ਤੁਹਾਡਾ ਮੂੰਹ ਨਹੀਂ ਤਾਂ ਫੇਰ ਕਾਹਦੇ ਵਰਗਾ ਏ ਉਹ ਜਿਹੜੀ ਗੱਤੇ ਦੀ ਬਣਾ ਕੇ ਅੱਗੇ ਚੁੰਝ ਨਹੀਂ ਦਿੰਦੇ ਜਿਹੜੇ ਅੱਗੇ ਚਾਰ ਰੁੜੇ ਨਾ ਮੈਂ ਤੈਨੂੰ ਰੱਖ ਲੈਣਾ ਇਹਨੂੰ ਕੱਢ ਦੇਣਾ ਨਹੀਂ ਉਹਨੂੰ ਰੱਖ ਲੈ ਮੈਂ ਤੇ ਕਹਿ ਕਦੀ ਤੁਸੀਂ ਮੋਚੀ ਦੀ ਦੁਕਾਨ ਤੇ ਗਏ ਹੋਵੋ ਨਹੀਂ ਨੈਵਰ ਐਵਰ ਕਿਉਂ ਜੀ ਮੇਰਾ ਚਾਚਾ ਮੋਚੀ ਉਹਦਾ ਪੁੱਤਰ ਮੋਚੀ ਮੈਂ ਕਿਉਂ ਕਿਸੇ ਦੀ ਦੁਕਾਨ ਤੇ ਜਾਵਾਂ ਉਸੇ ਤੇਰੇ ਚਾਚੇ ਦਾ ਪੁੱਤਰ ਮੈਂ ਆ ਮਜੀਦ ਦਾ ਮੁੰਡਾ ਹਾਂਜੀ ਉਹ ਮੇਰਾ ਹੀ ਹੈ ਤੂੰ ਵੀ ਉਹਦਾ ਹੀ ਹੈ ਭਾਈ ਜੀ ਹਾਂਜੀ ਕਦੀ ਤੁਸੀਂ ਮੋਚੀ ਦੁਕਾਨ ਤੇ ਗਏ ਹੋ ਅੱਛਾ ਅੱਛਾ ਉਹਨੇ ਅੱਗੇ ਰੱਖਿਆ ਹੁੰਦਾ ਲੋਹੇ ਦਾ ਤਿੰਨ ਮੂੰਹ ਆ ਉਹ ਜਿਹਦੇ ਤੇ ਬੂਟ ਪਾ ਕੇ ਕਿ ਉਹ ਦਿਲ ਕਾ ਤੁਹਾਡਾ ਮੂੰਹ ਨਹੀਂ ਤਾਂ ਫੇਰ ਕਿਹਦੇ ਵਰਗਾ ਏ ਜਿਹੜੀ ਐ ਬੂਟ ਦੇ ਵਿੱਚ ਦੇ ਕੇ ਆ ਧਾਗਾ ਬਾ ਕੇ ਆਇਆ ਨਹੀਂ ਫੇਰ ਹਾਂ ਹਾਂ ਠਹਿਰ ਜਾ ਤੂੰ ਭੇਜੀ ਏ ਕਿੱਥੇ ਤੂੰ ਲੈ ਜਾ ਉਹਨੇ ਕਿਹੜਾ ਰਕਸ਼ਾ ਸਟਾਰਟ ਕੀਤਾ ਛੱਡ 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 ਹੱਥ ਬਣਾ ਬਣਾ ਕੇ ਤੂੰ ਹੱਥ ਵੱਡੇ ਕਰ ਲੈ ਆਪਣੇ ਭਾਈ ਜੀ ਦੇਖੋ ਸਾਨੂੰ ਕਮਰਾ ਅੰਦਰ ਹਾਂਜੀ ਅਸੀਂ ਜਾ ਰਹੇ ਚਲੋ ਬੇਗਮ ਭਾਈ ਜਾਨ ਹਾਂਜੀ ਭਾਈ ਜੀ ਬੱਚੀ ਨੂੰ ਕੋਈ ਤਕਲੀਫ ਨਾ ਦੇ ਓਏ ਆਹ ਮੈਨੂੰ ਪਤਾ ਅਫਸੋਸ ਵਾਲਾ ਘਰ ਹੈ ਬਸ ਬੱਚੀ ਨੂੰ ਕੋਈ ਤਕਲੀਫ ਨਾ ਦੇ ਯਾਰ ਦੇਖ ਗੱਲ ਸੁਣ ਜੋ ਮਰਜ਼ੀ ਮੈਂ ਤੈਨੂੰ ਕਹਿ ਕੇ ਜਾਵਾਂ ਸੋਹਣਿਆ ਘੱਟ ਕੋਈ ਵੀ ਨਹੀਂ ਉਹ ਕਰਦਾ ਬੱਚੀ ਨੂੰ ਕੋਈ ਤਕਲੀਫ ਨਾ ਦੇ ਨਹੀਂ ਦਿੰਦਾ ਨਹੀਂ ਦਿੰਦਾ ਬੱਚੀ ਨੂੰ ਕੋਈ ਤਕਲੀਫ ਨਹੀਂ ਕਿਹਾ ਬੱਚਿਆ ਮੈਂ ਨਾਲ ਬਰਫ ਵਾਲਾ ਸੂਆ ਲੈ ਕੇ ਜਾਂਦੇ ਹਾਂ ਜਾਂਦੇ ਹਾਂ ਤੇਰੀ ਭੈਣ ਦੀਆਂ ਦੋ ਪੱਟੀਆਂ ਬਣਾ ਦੇਣੀਆਂ